ठीक है ਸਹੀ ਗੱਲ ਦੋਸਤੋ ਦੋਸਤੋ ਅੱਜ ਦਾ ਬਲੌਗ ਆਪਾਂ ਕਰਨ ਲੱਗਾਂਗੇ ਸਟਾਰਟ ਤੇ ਲੇਟ ਥੋੜਾ ਜਿਹਾ ਤਾਂ ਕਰਕੇ ਅੱਜ ਹੋ ਗਿਆ ਅੱਜ ਸੀਗੀ ਧੁੰਦ ਬਹੁਤ ਜ਼ਿਆਦਾ ਤੇ ਥੋੜਾ ਜਿਹਾ ਤੇਜ਼ੀ ਚ ਹੀ ਆ ਗਏ ਤੇ ਇੱਥੇ ਆ ਕੇ ਹੁਣ ਚਾਹ ਪੀਣ ਦੀ ਰੁਕੇ ਸੀ ਸੋਚਿਆ ਵੀ ਇਹ ਬਲੌਗ ਆ ਜਿਹੜਾ ਸਟਾਰਟ ਕੀਤਾ ਜਾਵੇ ਤੇ ਇਸ ਵਾਰ ਆਪਾਂ ਦੋਸਤੋ ਖੜੇ ਹਾਂ ਅਮਰਦੀਪ ਦੌਦਰ ਦੇ ਪਿੰਡ ਦੇ ਕੋਲ ਤੋਂ 5 ਕਿਲੋਮੀਟਰ ਪਿੰਡ ਆ ਉਹ ਵੀਰ ਆਪਾਂ ਨੂੰ ਮਿਲਣ ਵਾਲੀ ਆ ਤੇ ਉਹਦੀ ਵੇਟ ਕਰੀ ਜਾਂਦੇ ਹਾਂ ਇਸ ਵਾਰ ਬੈਕ ਸਾਈਡ ਤੇ ਢਾਬਾ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਚਾਹ ਚੂ ਪੀ ਰਹੇ ਹਾਂ ਤੇ ਦੁਬਾਰ ਦੇ ਵਿੱਚ ਅੱਜ ਅਸੀਂ ਚੱਲਾਂ ਜੀ ਕਾਦੀਆਂ ਵਾਲੇ ਵੀਰ ਕੋਲ ਇੱਕ ਦੋ ਹੋਰ ਬੰਦਿਆਂ ਨੂੰ ਮਿਲਣਾਗਾ ਤੇ ਪੂਰਾ ਲੌਂਗ ਟੂਰ ਆ 400-500 ਕਿਲੋਮੀਟਰ ਗਾ ਕੇ ਆਵਾਂਗੇ ਤੇ ਸਾਰਾ ਅਪਡੇਟ ਦਵਾਂਗੇ ਕਿੱਥੇ ਕੀ ਗੱਲਬਾਤ ਬਣੀ ਆ ਤੇ ਦੌਦਰ ਆਉਂਦਾ ਤੇ ਪਿੱਛੇ ਮੇਰੇ ਅਮਰੀਕ ਬੈਠਾ ਦੋਨੇ ਵੀ ਕਰਾਉਣੇ ਆ ਗੱਲਬਾਤ ਤੁਹਾਡੀ ਤੇ ਚਾਹ ਚੱਲ ਰਹੀ ਆ ਤੇ ਚਾਹ ਕਿਵੇਂ ਆ ਫਿਰ ਅਮਰੀਕ ਆ ਸਿਰ ਆ ਜਾਣਾ ਓਕੇ ਓਕੇ ਆ ਕਰਮਜੀਤ ਦਾ ਢਾਬਾ ਹੈਗਾ ਅਸਾਂ ਗੱਲਬਾਤ ਇਸ ਨੂੰ ਬਹੁਤ ਘੈਂਟ ਆ ਸਾਹਮਣੇ ਆਈ ਗਿਆ ਤੇ ਦੌਦਰ ਅੱਜ ਲੇਟ ਕਰਾਈ ਜਾਂਦਾ ਹਨਾ ਦੌਦਰ ਕਰਕੇ ਚਾਹ ਵੀ ਨਹੀਂ ਪੈ ਗਈ ਨਹੀਂ ਨਹੀਂ ਸੀਗਾ ਖੜਦੇ ਨਹੀਂ ਫਿਰ ਕਹਾਂ ਹੀ ਖੜਦੇ ਮੈਂ ਜਿਵੇਂ ਤੁਹਾਨੂੰ ਸ਼ੁਰੂ ਤੇ ਦੱਸੀ ਆ ਵੀ 400-500 ਕਿਲੋਮੀਟਰ ਚ ਗਾ ਕੇ ਆਵਾਂਗੇ ਪੂਰਾ ਹਨਾ ਹੋਰ ਤੇ ਦੌਦਰ ਨੇ ਲੇਟ ਕਰਾ ਦੌਦਰ ਕਰਾਉ ਅੱਧਾ ਪੌਣਾ ਘੰਟਾ ਲੇਟ ਹੋਰ ਉਹ ਨੰਗਿਆ ਬਦਵਾ ਕੇ ਪਾਸੇ ਐ ਲੰਬਾ ਗਿਆ ਕਿ ਅੱਜ ਪਾਰਟੀ ਵੀ ਉਹਦੇ ਸਿਰ ਹੈ ਗੱਡੀ ਦੀ ਪਾਰਟੀ ਗੱਡੀ ਦੀ ਪਾਰਟੀ ਵੀ ਅੱਜ ਦੌਦਰ ਨੇ ਗੱਡੀ ਲੈ ਲਈ ਨਵੀਂ ਉਹਦੀ ਵੀ ਪਾਰਟੀ ਲੈਣੀ ਆ ਤੇ ਦੌਦਰ ਨੂੰ ਆਉਣ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਨੂੰ ਵੀ ਪੱਗ ਲਾਲ ਆ ਕਿ ਨੀਲੀ ਆ ਅੱਜ ਉਹਦੀ ਐ ਤੇ ਐ ਨੋਟ ਕਰ ਲਿਓ ਹਣਾ ਵੀ ਪੱਗ ਜਾਣ ਵੇਲੇ ਕਿਹੀ ਜੀ ਦੀ ਆਉਣ ਵੇਲੇ ਕਿਹੀ ਜੀ ਆ ਹਾਂ ਇਹ ਤਾਂ ਗੱਲ ਹੈ ਜੀ ਤੇ ਮੈਨੂੰ ਐ ਦੱਸ ਹੁਣ ਦੌਦਰ ਵਾਲਿਆ ਹੈ ਓਏ ਕੀ ਹਿਸਾਬ ਕਿਤਾਬ ਆ ਤੇਰਾ ਟਾਈਮ ਆ ਕੋਈ 8:12 ਤੇ ਇਹਨੇ ਮੈਨੂੰ 8:12 ਤੇ ਫੋਨ ਲਾਇਆ ਪ੍ਰਦੀਪ ਨੂੰ ਮੈਂ ਮੈਨੂੰ ਕਹਿੰਦਾ ਮੈਂ 5 ਮਿੰਟਾਂ 'ਚ ਆ ਗਿਆ ਤੇ ਟਾਈਮ ਕਿੰਨਾ ਹੋ ਗਿਆ वैसे अपना चैनल भी है चलावांगे बाबा सुख रखी वध घट बोलिया ते फोन ला दियो लड़ता करो अगले नाल बोल दी देखी प्राव सिद्धू दौदर चाची चलो बाबे चल दे मिलदे दौदर इधर झाक पहला दोबारे रीलोड कर कही नहीं सकते ऑडियंस नु कुछ भी कह सकता किधर लग गया क्लच करना हुण बैठक जा लैके ਅੰਦਰ ਨੇ ਮੂਰੇ ਪਹਿਲੀ ਮਸ਼ੀਨ ਚਲਾ ਲਈ ਹੈ ਨਾ ਐ ਓਏ ਬੋਲਦਾ ਬੈ ਕੋਈ ਨਾ ਬੋਲ ਦੇ ਦੋ ਯਾਰ ਆ ਦਾ ਗਾਲਾ ਪਹਿਲਾ ਨੇ ਗਾਲਾ ਪੈਣ ਹੱਥ ਚ ਬੜੀ ਬੈਠਾ ਮੇਰੀ ਕੇਲੇ ਦਾ ਬੜਾ ਸੁੱਕ ਗਿਆ ਨਾ ਵਿਚਾਰਾ ਭੁੱਖ ਲੱਗੀ ਆ ਹੋਰ ਹੈ ਲੰਗਰ ਦਾ ਖਾਣੇ ਤਾਂ ਲੰਗਰ ਭਾਏ ਨਾ 1.5 ਘੰਟਾ ਲੇਟ ਸੀ ਖਾਇਆ ਹੁੰਦਾ ਓਏ ਨਾ ਕੋਈ ਮਿੰਟ ਨਹੀਂ ਭਾਲਦਾ ਮਰੀ ਨੂੰ बस आ गई शुकर कर मिल गया नहीं मरीक है।
ਸਾਰੇ ਚੱਲ ਲਿਆ ਬਾਜਬਣੀ ਨਿਕਲਦੀ ਹੁਣ ਤੋਂ ਅਮਰੀ ਘਰ ਦੋਸਤੋ ਜਿਹੜੀ ਲੋਕੇਸ਼ਨ ਆ ਸਾਡੀ ਉਹ ਤੋਂ ਥੋੜੀ ਦੂਰ ਆ ਗਏ ਤੇ ਰਸਤੇ ਦੇ ਵਿੱਚ ਖੜ ਗਏ ਸੀਗੇ ਤੇ ਇੱਕ ਸਾਨੂੰ ਰੋਟੀਆਂ ਵੀਡੀਓ ਜੀ ਬਣਾਉਣੀ ਸੀ ਉੱਥੇ ਥੋੜ੍ਹਾ ਜਿਹਾ ਕੰਮ ਸੀ ਅਤੇ ਇਸ ਵਕਤ ਅਸੀਂ ਪਾਣੀ ਧਣੀ ਅਤੇ ਪ੍ਰੈਸ ਹੋਣ ਦੀ ਰਸਤੇ ਦੇ ਵਿੱਚ ਰੁਕੇ ਹੋਏ ਹਾਂ ਅਤੇ ਸਾਡੀ ਜਿਹੜੀ ਤਕਰੀਬਨ ਬਾਟ ਹੈਗੀ ਕੰਪਲੀਟ ਹੋਣ ਵਾਲੀ ਹੈਗੀ ਕਾਦੀਆਂ ਵਾਲੇ ਵੀਰ ਕੋਲ ਜਾ ਰਹੇ ਸੀ ਅੱਜ ਤੁਹਾਨੂੰ ਦੱਸ ਦਈਏ ਅਤੇ ਬਾਟ ਦੀ ਗੱਲ ਕਰੀਏ ਬਾਟ ਲਗਭਗ 15 to 20 ਕਿਲੋਮੀਟਰ ਰਹੇਗੀ ਅਤੇ ਬਾਕੀ ਦੌਦਰ ਵਾਲਾ ਯਾਰ ਸਾਡਾ ਉਹ ਫਿਰਦਾ ਦੇਖ ਸਕਦੇ ਹੋ ਤੁਸੀਂ ਇਹ ਬੰਦਾ ਇਹੋ ਜਿਹਾ ਜਿਹੜਾ ਕਿ ਫੋਟੋ ਸ਼ੂਟ ਦਾ ਮੌਕਾ ਹੈਗਾ ਜਿਹੜਾ ਜਮੀ ਨਹੀਂ ਛੱਡਦਾ ਉਹ ਆਉਂਦਾ ਬਣੋ ਬਾਣੀ ਪਤੰਦਰ ਮੁੜ ਕੇ ਕਹਿ ਦਿੰਦੇ ਆ ਵੀ ਲੇਟ ਹੋ ਗਿਆ ਅਤੇ ਲੇਟ ਵਾਲਾ ਪ੍ਰੋਸੈਸ ਆ ਜਿਹੜਾ ਕਹਿੰਦੇ ਇਹ ਜਗ੍ਹਾ ਦੇ ਉੱਤੇ ਸ਼ੁਰੂ ਕੀਤਾ ਜਾਂਦਾ ਅਤੇ ਮੈਂ ਅਤੇ ਅਮਰੀਕਾ ਜਿਹੜੇ ਦੋਵੇਂ ਜਾਣੇ ਉਹਦੀ ਫੁੱਲ ਵੇਟ 'ਚ ਹੈ ਅਮਰੀਕਾ ਮੈਂ ਕਿਹਾ ਦੌਦਰ ਵਾਲੇ ਦੀ ਫੁੱਲ ਵੇਟ 'ਚ ਵਾ ਅਸੀਂ ਅਤੇ ਐਂ ਲੇਟ ਕਰਾਉਂਦਾ ਉਹ ਜ਼ਿਆਦਾ ਲੇਟ ਕਰਾਉਂਦਾ ਪਹਿਲਾਂ ਸਵੇਰੇ ਨਹੀਂ ਆਇਆ ਅੱਧਾ ਘੰਟਾ ਹੁਣ ਹੋ ਗਿਆ ਤੇ ਡੇਢ ਘੰਟਾ ਤੜਕਲਾ ਮੰਨ ਕੇ ਚਲੋ ਵੀ 2 ਘੰਟੇ ਖਾ ਗਿਆ ਇਕੱਲੇ ਇਹ ਦੇਖਣ ਨੂੰ ਛੋਟਾ ਜਿਹਾ ਲੱਗਦਾ ਇਹ ਜਿਵੇਂ ਰਾਸ਼ਨ ਪਾੜਦਾ ਤੂੰ ਵੀ ਘੰਟੇ ਖਾਂਦਾ ਇਹ ਠੀਕ ਹੈ ਓਏ ਆ ਜਾ ਦੌਦਰ ਵਾਲਿਆ ਅਮਰੂ ਆ ਜਾ ਆ ਜਾ ਘੰਟੇ ਵੀ ਅਸੀਂ ਖਾਂਦਾ ਤੇ ਰਾਸ਼ਨ ਵੀ ਅਸੀਂ ਖਾਂਦਾ ਦੌਦਰ ਵਾਲਿਆ ਕੀ ਗੱਲ ਆ ਯਾਰ ਇਹ ਫੋਨ ਆਏ ਕਾਦੀਆਂ ਦਾ ਹੁਣ ਕਹਿੰਦਾ ਕਿੱਥੇ ਆ ਮੈਂ ਬਾਈ ਸਹੀ ਸਹੀ ਗੱਲ ਦੱਸਦਾ ਝੂਠ ਨਹੀਂ ਮੈਂ 25 ਕਿਲੋਮੀਟਰ ਪਿਆ ਤੇਰਾ ਮੈਂ ਦੱਸਦਾ ਜਿਵੇਂ ਫੋਟੋਆਂ ਖਿੱਚੀਆਂ ਨੇ ਖੜ ਕੇ ਖਿੱਚੀਆਂ ਨੇ ਮੈਂ ਧੋਤੀਆਂ ਵੀਡੀਓ ਕਰਨ ਲੱਗ ਗਏ ਸੀ ਤਾਂ ਟਾਈਮ ਲੱਗ ਗਿਆ ਅੱਧਾ ਘੰਟਾ ਲਵਾ ਇਹ ਬਲੌਗ ਮੈਂ ਤਾਂ ਪਿੰਡੋਂ ਹੱਕ ਕੇ ਲਿਆ ਵੀ ਕਾਦੀਆਂ ਕੋਲ ਜਾਣਾ ਕਾਦੀਆਂ ਕੋਲ ਜਾਣਾ ਨਹੀਂ ਬਲੌਗ ਤਾਂ ਸੁਣੋ ਤਾਂ ਅਮਰੀਕ ਘੰਟਾ ਹੋ ਗਿਆ ਘੰਟਾ ਹੋਇਆ ਦੱਸਾਂ ਬਾਥਰੂਮ ਜਿਹੜਾ ਟਾਈਮ ਨਹੀਂ ਲੱਗਿਆ ਬਾਥਰੂਮ ਕਰਕੇ ਨੱਕਾ ਮੋੜ ਕੇ ਆਏਗਾ ਚੱਲੀਏ ਚੁੱਕਿਆਂ ਨੂੰ ਡਾਇਲੋਗ ਸੁਣਾ ਦੇ ਪਹਿਲਾਂ ਡਾਇਲੋਗ ਸੁਣਨਾ ਤੇਰਾ ਹੁਣ ਕੁਛ ਨਹੀਂ ਕਰਨਾ ਹੋਰ ਤੇਰਾ ਡਾਇਲੋਗ ਸੁਣਾ ਕਿਵੇਂ ਆ ਗਿਆ ਬਸ ਪਹਿਲਾਂ ਸੁਣਾ ਵਲੌਗ ਚੱਲੋ ਆਓ ਪਹਿਲਾਂ ਅੰਦਰ ਜਾ ਕੱਟਣ ਦਾ ਕੂਪਨ ਕਹਦੇ ਕਹਦੇ ਕੱਟੀਆਂ ਨੇ ਭਾਈ ਕੂਪਨ ਮਿਲ ਜਾਣੇ ਨੂੰ ਠੀਕ ਹੈ ਕੀ ਨਹੀਂ ਕਰਨਾ ਕਿਹਦੇ ਕੋਲ ਜਾ ਕੇ ਓਏ ਆ ਇਹਨੂੰ ਕੰਮ ਬਾਲੇ ਪੈਦੇ ਨੇ ਇਹ ਥੋੜਾ ਜਿਹਾ ਜ਼ਿਆਦਾ ਬੀਜੀ ਹੋ ਗਿਆ ਸਟਾਰ ਬਣ ਗਿਆ ਉਹ ਮਾਰੇ ਮੂੰਹ ਤਾਂ ਚੱਕੀ ਦੱਸੀ ਮਾਰੇ ਯਾਰ ਇੰਨਾ ਲੇਟ ਕਿਉਂ ਕਰਾਇਆ ਅੱਜ ਤਾਂ ਜਾਣਾ ਹੈ ਤਾਂ ਇਹਨਾਂ ਤੁਹਾਨੂੰ ਤਲਾ ਹਾਂਜੀ ਤੇ ਹੋਰ ਬਈ ਠੀਕ ਠਾਕ ਹੈ ਵਧੀਆ ਜੀ ਓਕੇ ਹੈ ਕੰਮ ਓਕੇ ਬ੍ਰੋ ਜਮਾ ਓਕੇ ਹੈ ਬਈ ਜਮਾ ਓਕੇ ਹੈ ਮੂੰਹ ਕੋਲ ਲੰਗਾ ਲਿਆ ਬਸ ਲਾਉਂਦਾ ਇਹ ਵੀ ਲਾਲ ਹੋ ਗਈਆਂ ਇਹਦੀਆਂ ਓਏ ਹੁਣ 3 ਫੋਨ ਆ ਗਏ ਬੈਠੇ ਬੈਠੇ ਲੈ ਤੁਹਾਨੂੰ ਬੈਸ ਕਰਨੇ ਦਿਖਾ ਦੇ 28 ਬੈਸ ਕਰ ਲਾਂ ਜਾਂ ਬਈ ਆ ਜੋ ਤਲਾ ਨੰਬਰ ਉਹਦਾ ਯਾਰ ਦਾ ਠੀਕ ਹੈ ਜਾਣਾ ਕੱਲ ਨੂੰ ਫਿਰ ਕੱਲ ਨੂੰ ਹੁਣ ਕਿੱਥੇ ਜਾ ਜਾਣਾ ਗੱਲ ਚੰਗਾ ਦੀ ਕੋਈ ਬਸ ਠੀਕ ਹੈ ਫਿਰ ਸੁਣਾ ਦੇ ਕਾ ਕਾ ਨੂੰ ਲਾ ਲੋ ਸੋਡੀ ਨੇ ਇੰਚੀ ਵਾਲੀ ਮੰਗਦਾ ਸੀ ਉਹ ਵੀ ਤੂੰ ਪਹਿਲਾਂ ਹੀ ਦੇਖ ਲਈ ਗਲਾਸ ਮੂੰਹ ਨੂੰ ਉਹਦੀ ਲਾ ਲੋ ਖੜਾ ਤਾ ਤੂੰ ਤਾਂ ਪੱਟ ਵੱਡੀ ਵਾਲੇ ਹੁੰਦੇ ਆ ਕਹਿੰਦਾ ਚਲੋ ਕਾਦੀਆਂ ਵਾਲੇ ਯਾਰ ਕੋਲੋਂ ਹੁਣ ਪਾਉਣ ਲੱਗੇ ਸੀਗੇ ਚਾਲੇ ਤੇ ਹਰਪਾਲ ਸੁਣਾ ਦੇ ਡਾਇਲੋਗ ਰੋਟੀ ਰਾਟੀ ਦੀ ਸੇਵਾ ਚੱਲ ਰਹੀ ਹੈ ਬਾਕੀ ਬਾਈ ਬਹੁਤ ਘੈਂਟ ਆ ਤੇ ਦੌਦਰ ਵਾਲਾ ਹੈ ਓਏ ਦੌਦਰ ਵਾਲੇ ਲਾ ਕੇ ਇਧਰੋਂ ਘੁੰਮ ਕੇ ਆ ਕੇ ਦੁਕਾਨ ਹੀ ਸਾਹਮਣੀ ਤੈਨੂੰ ਆਪਦੇ ਵਾਲੇ ਪਾਸੇ ਖੜਾ ਤਾ ਹਨ ਮੈਂ ਕਹਿੰਦਾ ਮੇਰੀ ਬਣਾਓ ਦੌਦਰ ਵਾਲਾ ਕਹਿੰਦਾ ਸੀ ਮੈਂ ਕੁਛ ਨੀ ਖਾਂਦਾ ਤੇ ਕਿਲੋਮੀਟਰ ਅਮਰੀਕ ਕਿੰਨੇ ਆਏ ਆਪਾਂ 2-3 ਕੀ ਲੰਘੇ ਆਗੇ 3 ਕਿਲੋਮੀਟਰ ਨੀ ਆਇਆ ਜਵਾਨ ਤੇ ਭੁੱਖ ਬੇਰ ਲੱਗੀ ਇਹਨੂੰ ਤੇ ਐਂ ਕਰਦਾ ਜੀਰ ਫਾੜੇ ਲੱਗਦਾ ਬਏ ਗੰਡ ਯਾਦ ਆ ਗਿਆ ਦੌਦਰ ਵਾਲਿਆ ਕੀ ਪੁੱਜਿਆ ਪਿਆ ਇੱਧਰ ਦਾ ਜਾ ਪਾ ਯਾਰ ਇੱਧਰ
ਲੈ ਵੀ ਮਿੱਤਰੋ ਮੋਗੇ ਦੇ ਨੇੜੇ ਪਹੁੰਚ ਚੁੱਕੇ ਆ ਤੇ ਨੇਰਾ ਕਾਫੀ ਹੋ ਗਿਆ ਨਾ ਉਧਰ ਨੇਰਾ ਪੂਰਾ ਹੀ ਹੋ ਗਿਆ ਬਾਈ ਭੁੱਖ ਲੱਗੀ ਪਈ ਆ ਇੱਥੇ ਕਿਤੇ ਰੋਕ ਲਿਓ ਮੈਂ ਕਹਿੰਦਾ ਮੈਂ ਅਮਰੀਕ ਸਿੰਘ ਰੋਕਾਂਗੇ ਵੀਰੇ ਰੋਕਾਂਗੇ ਕੋਈ ਨਾ ਆਂਡੇ ਖਵਾਵਾਂਗੇ ਬਰੂੰਡੇ ਬਰੂੰਡੇ ਖਵਾਵਾਂਗੇ ਨਹੀਂ ਨਾ ਵੀਡੀਓ ਦਾ ਇਹੋ ਜਿਹਾ ਹੋਇਆ ਪਿਆ ਦੋਧਰ ਵਾਲੀ ਪਾਰਟੀ ਨਾਲ ਪੇਂਟਿੰਗ ਹੀ ਪਈ ਆ ਭਾਂਦੀ ਦੋਧਰ ਵਾਲੀ ਹਾਂ ਹਾਂ ਨਹੀਂ ਹੋ ਰਿਹਾ ਕੋਈ ਯਾਰ ਪਾਰਟੀ ਕਰਦਾ ਦੀਦੇ ਨਹੀਂ ਦੋਧਰ ਪਾਰਟੀ ਨਹੀਂ ਅੱਜ ਮਿਲਦੀ ਲੇਟ ਹੋ ਜਾਂਦੇ ਆ ਰੋਜ਼ ਹੀ ਪਾਰਟੀ ਕਰ ਲੁਧਿਆਣੇ ਕਰਾਂਗੇ ਵੱਡੇ ਹੋਟਲ ਚ ਜਿੱਥੇ ਹੀ ਜਾਂਦੇ ਆ ਕੁਛ ਨਾ ਕੁਛ ਬਾਈ ਖਵਾ ਦਿੰਦੇ ਆ ਇਹਦੇ ਵਾਲਾ ਕੋਟਾ ਜਿਹੜਾ ਐ ਹੁੰਦਾ ਵੀ ਖਾਲੀ ਹੋ ਕੇ ਜਾਵਾਂ ਫੇਰ ਜੀ ਮੜੀਏ ਉਹ ਉਹਨੂੰ ਕੰਮ ਫੇਰ ਕੱਚਾ ਪੱਟਿਆ ਜਾਂਦਾ ਉਹ ਪੈਣਾ ਪੈਂਡਿੰਗ ਹੀ ਪਿਆ ਮਾਮਲਾ ਹਨਾ ਸਾਰਾ ਇਹ ਜੀ ਦਾ ਚੱਕਰ ਪਈ ਜਾਂਦਾ ਹੈਗਾ ਇਹ ਲਈ ਜਾਂਦਾ ਲਾਹਾ ਉਹ ਜੀ ਦਾ ਹੋਰ ਇਹਨੂੰ ਐ ਨਹੀਂ ਪਤਾ ਜਿੱਥੇ ਅਟਕੇ ਚੜ ਗਿਆ ਅਮਰੀਕਾ ਆਪਣੇ ਹਿਸਾਬ ਚ ਨੀ ਆ ਕਿਸੇ ਦੇ ਹਿਸਾਬ ਚ ਵੀ ਨਹੀਂ ਆਜੇ ਕੱਲ ਨੂੰ ਆਪਾਂ ਲੁਧਿਆਣੇ ਚੱਲੀ ਗਏ ਨਾਲੇ ਫਿਲਮ ਫੁਲਮ ਦੇਖ ਆਵਾਂਗੇ ਨਾਲੇ ਖਾਣ ਪੀਣ ਕਰਦਾ ਕੀ ਹੈ ਸਕੀਮ ਲਾਈ ਆਉਂਦੇ ਨੇ ਉਹ ਪੂਜਿਆ ਮਦਾਨਾ ਦੇ ਲੇ ਜੇ ਲੈ ਲਈ ਨੁਕਸਾਨ ਹੋ ਗਿਆ ਖਰਚਾ ਹੋ ਗਿਆ ਸਾਰਾ ਖਰਚਾ ਹੋ ਗਿਆ ਸਾਰਾ ਮਿੱਤਰੋ ਮੋਗੇ ਪਹੁੰਚ ਚੁੱਕੇ ਹੈਗੇ ਤੇ ਇੱਥੇ ਜੂਸ ਇੰਜੋਏ ਕਰ ਰਹੇ ਆ ਥੋੜਾ ਜਿਹਾ ਤਲੀਆਂ ਵਿੱਚ ਚੀਜ਼ਾਂ ਬੰਦ ਕਰਤੀਆਂ ਕਿ ਨਹੀਂ ਅਮਰੀਕਾ ਸਹੀ ਗੱਲ ਹੈ ਤੇਰੇ ਵਾਲੇ ਪਾਸੇ ਬੰਦ ਹੀ ਕਰਤੀਆਂ ਬੰਦ ਹੀ ਆ ਬਈ ਯਾਰ ਢਿੱਡ ਵਾਲਾ ਵਧੀ ਜਾਂਦਾ ਦੇਖ ਕਿੱਥੇ ਆ ਗਿਆ ਕੰਮ ਖਰਾਬ ਹੋ ਹੀ ਜਾਂਦਾ ਹੈਗਾ ਮੈਂ ਕਿਹਾ ਜਿੰਨੀ ਕੁ ਬਚ ਤੁਰੇ ਜੀ ਵਧੀ ਹੈ ਹੋਰ ਤਲੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਘਟਾ ਦੀਆਂ ਤੇ ਇੱਧਰ ਦਵਦਰ ਆ ਕੇ ਜੂਸ ਲੈਣ ਗਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਜੂਸ ਕਰਤਾ ਆਰਡਰ ਉਧਰ ਪਿੱਛੇ ਜਾ ਤਕਰੀ ਕਿਵੇਂ ਗਰੀ ਖੜਾ ਇੱਧਰ ਦੀ ਦਿਖਾ ਦੇ ਜਾਂਦਾ ਇੱਧਰ ਦਾ ਸ਼ੀਸ਼ਾ ਡਾਊਨ ਆ ਉਧਰ ਪਿੱਛੇ ਜਾ ਤਕਰੀ ਗਰੀ ਖੜਾ ਉਧਰ ਉਧਰ ਕਿਵੇਂ ਆ ਹੈ ਕਿਵੇਂ ਆ ਵਧੀਆ ਠੀਕ ਆ ਕੀ ਬਣਾਈ ਜਾਂਦਾ ਜੂਸ ਬਣਾ ਰਹੇ ਆ ਜੀ ਕਿਹੜਾ ਕਿਹੜਾ ਪਿਆ ਮੈਕਸ ਮੈਕਸ ਪਿਆਗਾ ਮੈਂ ਤਾਂ ਨਹੀਂ ਪਿਉਂਦਾ ਹਾਂ ਇਹਦਾ ਬਣਾ ਰਹੇ ਆ ਵੇਖ ਸੇਵਾ ਨਿਭਾ ਰਹੇ ਆ ਸੇਵਾ ਨਿਭਾ ਰਹੇ ਹਾਂ ਜੀ ਆਰਡਰ ਦਿੱਤਾ ਹੈਗਾ ਆਫਰ ਖੁੱਲੀ ਆ ਜੇ ਅਸੀਂ ਦੱਸਦਾ ਪਾ ਤੇਰੇ ਬਾਹਰ ਨੂੰ ਆਉਣਗੇ ਗੋਲ ਗੱਪੇ ਸਹੀ ਗੱਲ ਹੈ ਦੋਸਤੋ ਕੀ ਹਾਲ ਆ ਵਿੱਚ ਹਾਲ ਉਹ ਹਾਏ ਕੁਛ ਨੀ ਪਤੰਦਰ ਸਿੱਧੇ ਹੀ ਚਾਹ ਪਿਉਣ ਦਾ ਮਾਰਾ ਗੇਟ ਨੂੰ ਬਾਲਿਆ ਹੱਥ ਜਾ ਕੇ ਹਨਾ ਅਮਰੀਕ ਓਏ ਗੇਟ ਨੂੰ ਉੱਡ ਲਿਆ ਭੈਣਾ ਪਰੇ ਨੂੰ ਹਨਾ 10 ਰੁਪਏ ਦਾ ਗਲਾਸ ਆ 10 ਦਾ ਬਾਈ 10 ਰੁਪਏ ਅਸੀਂ ਦੇ ਦਾਂਗੇ ਚੰਗਾ ਆ ਜਾਓ ਪੀਓ ਚਾਹ ਵਾ 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 ਚੰਗਾ ਚੰਗਾ ਬਸ ਓਕੇ ਪ੍ਰਦੀਪ ਆ ਜਾਓ ਹਣਾ ਵਾ ਵਾ ਬਸ ਪ੍ਰਦੀਪ ਵਾ ਵਾ ਚੰਗਾ ਆ ਜਾਓ ਆ ਤਾਂ ਬਸ ਬਸ ਲੱਗਣੇ ਆ ਚੌੜ ਕਰੀ ਜਾਂਦੇ ਇਧਰੇ ਯਾਰ ਨਾ ਮੈਂ ਗੇਟ ਕੰਨੀ ਨੂੰ ਉੱਡ ਲਿਆ ਤਾਂ ਕੀ ਇੱਥੇ ਲਾ ਦਿਓ ਗੱਡੀ ਲੈ ਵੀ ਦੋਸਤੋ ਅਮਰੀਕਾ ਜਿਹੜਾ ਹਨਾ ਉਹ ਆਪਾਂ ਨੂੰ ਡਰੋਪ ਕਰਕੇ ਘਰ ਨੂੰ ਚਲਾ ਗਿਆ ਤੇ ਸੁਬਾਹ ਉਹਦੇ ਨਾਲ ਦੁਬਾਰੇ ਮਿਲਦੇ ਹਾਂਗੇ ਤੇ ਇੱਕ ਦੋ ਹੋਰ ਬੱਸ ਵੀ ਲੰਘਣਾ ਸੋ ਅੱਜ ਦਾ ਵਲੌਗ ਆ ਜਿਹੜਾ ਇੱਥੇ ਕਰ ਦਿਆਂਗੇ ਖਤਮ ਤੇ ਮੈਂ ਵੀ ਘਰੇ ਪਹੁੰਚਣ ਲਈ ਇੱਕ ਵਾਰ ਤੁਹਾਨੂੰ ਫਰੰਟ ਤੋਂ ਦਿਖਾ ਦਿੰਦੇ ਆ ਬਾਕੀ ਹਲਕੀ ਹਲਕੀ ਧੁੰਦ ਜੀ ਪਈ ਜਾਂਦੀ ਆ ਤੇ ਘਰੇ ਪਹੁੰਚ ਗਏ ਤੇ ਜਿਹੜੇ ਵੀਰਾਂ ਨੂੰ ਵਲੌਗ ਆਪਣਾ ਵਧੀਆ ਲੱਗਿਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਆ ਜਿਹੜਾ ਉਹਨੂੰ ਕਰ ਲਓ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ।